ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕਮ, ਕੀ ਹਾਲ ਚਾਲ ਮੇਰੇ ਸਾਰੇ ਭੈਣ ਭਾਈਆਂ ਦਾ? ਮੇਰੇ ਭੈਣ ਭਾਈਓ, ਖੁਸ਼ ਅਤੇ ਆਬਾਦ ਰਹੋ। ਬੇਗਮ ਸਾਹਿਬਾਂ ਨੇ ਨਾਸ਼ਤੇ ਤੋਂ ਪਹਿਲੇ ਪਹਿਲੇ ਆਪਣਾ ਕੰਮ ਵੇਖ ਲਓ। ਕੱਲ੍ਹ ਇਹਦਾ ਹਾਲਤ ਹੈਗੀ ਹੈ, ਮਾਸ਼ਾ ਅੱਲਾਹ। ਬਿਮਾਰ ਹੋਏ ਜੋ ਮਰਜ਼ੀ, ਕੰਨਾਂ ਦੇ ਉਹ ਪਤਾ ਵੀ ਇਹਨੇ ਕੰਨ ਇਹ ਨਹੀਂ ਆਉਂਦੇ, ਉਹ ਇਹਨੂੰ ਇਹ ਵੀ ਪਤਾ ਹੈ। ਅਤੇ ਕੋਸ਼ਿਸ਼ ਇਹੀ ਕਰਦੇ ਕਿ ਸੁਬਹਾ ਸੁਬਹਾ ਜੇ ਕੰਮ ਆਪਣਾ ਮੁਕਾਲਾ ਕਰੇ। ਵਾਸ਼ਿੰਗ ਮਸ਼ੀਨ ਦੀਆਂ ਦੂਸਰੇ ਜਾਂ ਤੀਸਰੇ ਦਿਨ ਬੱਚਿਆਂ ਦੇ ਘਰ ਲੱਗ ਜਾਂਦੀ ਹੈ, ਬਾਰਿਸ਼ਾਂ ਬੂਰਸ਼ਾਂ ਦੇ ਦਿਨ ਨੇ, ਰੋਜ਼ਾਨਾ ਕੱਪੜੇ ਗਰਮੀ ਆ, ਕੱਪੜੇ ਰੋਜ਼ਾਨਾ ਤਬਦੀਲ ਹੁੰਦੇ ਨੇ, ਔਰ ਸਿਲਸਿਲੇ ਨਾਲ ਮਸ਼ੀਨ ਲਾਉਣੀ ਹੁੰਦੀ ਆ ਪੇਠਾ। ਅਤੇ ਨਾਸ਼ਤਾ ਹਲੇ ਬਣਾਉਣਾ ਸੀ, ਹਲੇ ਸਵੇਰ ਤਾਂ ਹੋ ਗਿਆ, ਔਰ ਸਵੇਰ ਸੁਬਹ ਇਹਨੇ ਮਸ਼ੀਨ ਮਸ਼ੂਨ ਲਾ ਲਈ ਹੈ। ਕੀ ਆਖਿਆ? ਮੈਂ ਸੁਬਹਾ ਨਮਾਜ਼ ਪੜ੍ਹੀ ਆ, ਸਬਕ ਪੜ੍ਹਿਆ, ਬਾਹਰ ਸੈਰ ਕਰ ਗਈ ਹਾਂ, ਉਸ ਤੋਂ ਬਾਅਦ ਆ ਕੇ ਮਸ਼ੀਨ ਲਾਈ ਹੈ, ਅਤੇ ਔਰ ਆਟਾ ਵਗੈਰਾ ਗੁੰਨਿਆ, ਬਰਤਨ ਧੋਤੇ ਨੇ, ਕੱਪੜੇ ਵੀ ਹੈ ਸੀ ਨਚੋੜਨ ਵਾਲੇ, ਇੱਕ ਪੂਲ ਕੱਢੇ ਦਾ ਉਹ ਨਚੋੜਿਆ, ਹਜੇ ਇੱਕ ਮਸ਼ੀਨ 'ਚ ਆ ਉਹ ਵੀ ਨਚੋੜਨਾ। ਇਹ ਕਿ ਇਹ ਨਾਸ਼ਤਾ ਵਾ ਕੇ ਮੇਰਾ ਬਣਾਉਣ ਵਾਲਾ, ਰੋਟੀ ਪਕਾਉਣ ਵਾਲੀ ਹੈ, ਉਹ ਹਜੇ ਮੈਂ ਪਕਾਉਣੀ ਆ, ਹੁਣ ਥੋੜ੍ਹੀ ਜਿਹੀ ਵਿਹਲੀ ਹੋ ਜਾਂਦੀ, ਠੀਕ ਨਹੀਂ ਆ, ਬਿਮਾਰ ਠੀਕ ਨਹੀਂ ਆ, ਅਤੇ ਸੁਬਹਾ ਸੁਬਹਾ ਮੈਨੂੰ ਦਿੱਕਤ ਪੈਂਦੀ ਆ, ਔਰ ਮੈਂ ਨਾ ਸਾਰੀ ਦੁਪਹਿਰ ਮੇਰਾ ਦਿਲ ਹੀ ਨਹੀਂ ਕਰਦਾ ਧੁੱਪ ਦੇ ਵਿੱਚ ਕੰਮ ਕਰੋ, ਨਾਲੇ ਬਾਰਿਸ਼ਾਂ ਦੇ ਦਿਨ ਆ, ਕੱਲ੍ਹ ਬਾਰਿਸ਼ ਹੋ ਰਹੀ, ਅੱਜ ਕੱਲ੍ਹ ਦਾ ਫਿਰ ਕੋਈ ਪਤਾ ਨਹੀਂ, ਥੋੜ੍ਹਾ ਜਿਹਾ ਦਿਨ ਲੱਗਾ, ਮੈਂ ਚੱਲ ਧੋ ਲੈਂਦੀ ਹਾਂ, ਕੱਲ੍ਹ ਦਾ ਕੋਈ ਪਤਾ ਨਹੀਂ, ਕੱਪੜੇ ਪਾਉਣੇ, ਬਾਰਿਸ਼ ਅੱਜ ਕੱਲ੍ਹ ਨਹੀਂ ਪਤਾ ਚੱਲਦਾ ਕਿਸੇ ਦਾ, ਮਾਸ਼ਾ ਅੱਲਾਹ ਇਸ ਤਰ੍ਹਾਂ ਦਾ ਹੀ ਆ, ਹੁਣ ਵੀ ਮੌਸਮ ਤਾਂ ਇੰਝ ਦਾ ਹੀ ਆ, ਫਿਰ ਵੀ ਬੱਦਲ ਹੀ ਆ, ਕੋਈ ਪਤਾ ਨਹੀਂ ਕਿਹੜੇ ਵੇਲੇ ਮੌਸਮ ਖਰਾਬ ਹੋ ਜਾਣਾ ਆ। ਬਰਤਨ ਬੈਠੇ ਨਾਲ ਧੋ ਲੈਣੇ, ਨਾਲ ਕੱਪੜੇ ਧੋ ਲੈਣੇ, ਤੇ ਫਿਰ ਠਾਕ ਇਹਨਾਂ ਦਾ ਦੌੜ ਮੇਰੀ ਅੱਜ ਇਹੀ ਹੈ ਕਿ ਮੈਂ ਕੰਮ ਕੁੰਮ ਕਰਨਾ, ਅਤੇ ਮੇਰੀ ਅੱਜ ਸ਼ੱਕਰਗੜ੍ਹ ਜਾਣ ਦੀ ਦੌੜ ਹੈ, ਅਤੇ ਮੈਂ ਜਾਵਾਂ ਸਰਕਾਰੀ ਹਸਪਤਾਲ ਡਾਕਟਰਾਂ ਕੋਲ, ਕੋਈ ਮਸ਼ਵਰਾ ਕਰਕੇ, ਕੋਈ ਜੋ ਵੀ ਸਰਕਾਰੀ ਦੇ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਵਾ, ਉਦੋਂ ਵੀ ਸਰਕਾਰੀ ਅਸੀਂ ਬੜਾ ਜ਼ਿਆਦਾ ਵੇਖਿਆ, ਥੋੜ੍ਹਾ ਅੱਜ ਵੀ ਦੌੜ ਲੈਣੀਆਂ ਪਰੇ, ਹੁਣ ਡਾਕਟਰ ਵੀ ਹੈਰਾਨ। ਹਾਂਜੀ, ਮੈਡੀਆਂ ਵੀ ਅੰਦਰ ਆ, ਮੀਡੀਆ ਵੀ ਆ। ਅੱਛਾ, ਦਰੀਆਂ ਵੀ ਲਾਉਣ ਲਈ ਇਹ ਮੈਂ ਜੋ ਮੈਂ ਕੱਢੇ ਜਾਵਾਂ ਤੇ ਓਯੋ ਕਹਿੰਦੀਆਂ ਮੇਰੇ ਵੀ ਅੰਦਰ ਆ ਕੇ ਵੀਡੀਓ ਬਣਾਓ, ਵੀ ਲਾ ਬਣਾਓ, ਮੈਂ ਜਮਾ ਕਰਨੀ ਆ ਜਾਵਾਂ ਦੀਆਂ, ਜਾਵਾਂ ਦੀਆਂ ਜਮਾ ਕਰਨੀਆਂ। ਓ ਜੀ, ਅੱਛਾ ਜੀ, ਲਓ ਜੀ, ਮਾਸ਼ਾ ਅੱਲਾਹ ਨਾਲ ਨਾ ਸਾਡਾ ਨਾਲ ਪਏ ਹੋਏ ਨੇ, ਨਾਲ ਪਤਾ ਨਹੀਂ ਕੀ ਵਜ੍ਹਾ ਕੀ ਆ, ਨਾ ਖੁਸ਼ ਸੁੱਕ ਜਾਂਦਾ ਗਰਮੀ ਵਾਲੇ, ਗਰਮੀ ਵੈਸੇ ਤੋਂ ਬਾਰਿਸ਼ਾਂ ਬੁਰਸ਼ਾਂ ਹੁੰਦੀਆਂ, ਭੂੰਗਰ ਪੈਂਦੇ, ਅਤੇ ਬਾਕੀ ਵਾਹਵਾ ਕਾਫੀ ਸੁੱਕ ਗਿਆ ਰਹੇ, ਅਤੇ ਪਹਿਲੇ ਆ ਫਲ ਵਾਲੇ, ਇਹ 2 ਸਾਲ ਪਹਿਲੇ ਲਾਏ, 2 ਸਾਲ ਹੋ ਗਿਆ ਨਾਲ ਨੂੰ ਲਾਏ ਨੂੰ, ਦੋ ਸਾਲ ਹੋ ਗਿਆ ਨਾਲ ਲਾਏ ਨੂੰ, ਮਾਸ਼ਾ ਲਾਇਆ ਕਿ ਫਲ ਤੇ ਲੱਗਾ ਆ, ਬੱਚੇ ਵੇਖਦੇ ਹਾਂ ਬਾਬਾ ਮਮਾ ਜੀ ਸਾਡੇ ਫਲ ਲੱਗ ਗਿਆ, ਤੋ ਚਲੋ ਅੱਲਾਹ ਕਰੇ ਹੋ ਜਾਏ, ਇਹਨਾਂ ਨੂੰ ਪਤਾ ਨਹੀਂ ਪਹਿਲਾ ਫਲ ਹੁੰਦਾ ਜਾਂ ਨਹੀਂ ਹੁੰਦਾ। ਕੱਪੜੇ ਸੁੱਕਣੇ ਪਾਲੇ ਰੱਸੀ ਦੇ, ਅਤੇ ਬਾਅਦ 'ਚ ਹੁਣ ਕਹਿੰਦੇ ਮੈਂ ਹੁਣ ਕਰਨੀ ਆ ਨਸਲ, ਹਾਲੇ ਇਕੱਲਾ ਮਸ਼ੀਨ 'ਚ ਪੂਰੇ ਘੋਲ,
ਭੁੱਖ ਪ੍ਰੋਗਰਾਮ ਹੈ ਤਾਂ ਨਹੀਂ ਅਗਰ ਆਪਦਾ ਸ਼ੁਕਰ ਚਲਦੀ ਫਿਰਦੀ ਹੈ ਸਾਹ ਨਿਕਲਦਾ ਤੇ ਜਦੋਂ ਬਣਾ ਲੈਂਦੇ ਕਿਸ ਤਰ੍ਹਾਂ ਬਣਾਉਣਾ ਹੁੰਦਾ ਹੈ ਬੜੀ ਪਰੇਸ਼ਾਨੀ ਬਣਦੀ ਹੈ ਸਾਹ ਤਾਂ ਮੇਰਾ ਬੰਦ ਹੀ ਹੈ ਮੇਰਾ ਸ਼ੁਕਰ ਹੈ ਕਿ ਮੈਂ ਕੱਢਣੀ ਪਈ ਹਾਂ ਹੋਰ ਕਿਸੇ ਦੀ ਵੱਸ ਦੀ ਗੱਲ ਹੋਏ ਤਾਂ ਸਾਹ ਇੱਥੋਂ ਬੰਦ ਕਰ ਛੱਡਣ ਸਾਰੇ ਰੋਟੀ ਦੀ ਬੁਰਕੀ ਵੀ ਨਾ ਲੱਗ ਜਾਂਦੀ ਹਾਂ ਤੂੰ ਵੀ ਨਾਲ ਹੀ ਆ ਡਾਕਟਰਾਂ ਮੈਂ ਡਾਕਟਰ ਆਇਆ ਨਾਲ ਕੱਪੜੇ ਮੈਂ ਧੋ ਲਏ ਨੇ ਔਰ ਮਸ਼ੀਨ ਵੀ ਧੋ ਕੇ ਅਤੇ ਮੈਂ ਮੰਜੀ ਧੋ ਕੇ ਅਤੇ ਫਿਰ ਮੈਂ ਅੰਦਰ ਹੁਣ ਆਈ ਹਾਂ ਬੱਚਿਆਂ ਦਾ ਨਾਸ਼ਤਾ ਲੱਗੀ ਹਾਂ ਬਣਾਉਣ ਮੈਂ ਨਾਸ਼ਤਾ ਬਣਾ ਲਈ ਹਾਂ ਲੇਟ ਹੋ ਗਈ ਦੀ ਰਾਤੀ ਬਣਾਏ ਸੀ ਚਾਵਲ ਚਨਿਆਂ ਵਾਲੇ ਉਹ ਬੱਚਿਆਂ ਨੇ ਖਾ ਲਏ ਨੇ ਹੁਣ ਥੋੜ੍ਹੇ ਜਿਹੇ ਪਏ ਸੀ ਉਹ ਵੀ ਖਾ ਲਏ ਰਾਤੀ ਖਾਧੇ ਸੀ ਅਤੇ ਉਹ ਹੁਣ ਸਾਧਨ ਨਹੀਂ ਸੀ ਹੈ ਕੋਈ ਵੀ ਚਨੇ ਥੋੜ੍ਹੇ ਸਾਰੇ ਮੈਂ ਬਚਾਏ ਸੀ ਉਹ ਚਾਟ ਬਣਾਉਣ ਵਾਸਤੇ ਹੁਣ ਚਾਟ ਨਹੀਂ ਬਣਾਵਾਂਗੀ ਉਹਦਾ ਸਾਲਨ ਬਣਾਵਾਂਗੀ ਨਾਲ ਰੋਟੀ ਦੇ ਨਾਲ ਖਾਣ ਵਾਸਤੇ ਇੱਥੇ ਜਾਮਨ ਨੇ ਪੱਖਾ ਸੈੱਟ ਕੀਤੇ ਦਾ ਮੇਰੀ ਹਵਾ ਵਾਸਤੇ ਗਰਮੀ ਬਹੁਤ ਜ਼ਿਆਦਾ ਸੀ ਹੁਣ ਕਿ ਚੁੱਲ੍ਹੇ ਲਾਗੇ ਤਾਂ ਖਲੋਤਾ ਨਹੀਂ ਜਾਂਦਾ ਰਮਨ ਪਰਾਂਠਾ ਬਣਾ ਦਿੱਤਾ ਤੁਹਾਨੂੰ ਠੀਕ ਹੈ ਖਾ ਲਓਗੇ ਫਿਰ ਸਹੀ ਹੈ ਮੈਂ ਤਾਂ ਸਾਦੀ ਰੋਟੀ ਬਣਾ ਕੇ ਦੇਣੀ ਸੀ ਵੈਸੇ ਹੁਣ ਤਾਂ ਟਾਈਮ ਜ਼ਿਆਦਾ ਹੋ ਗਿਆ ਤੁਸੀਂ ਕਹਿੰਦੇ ਨਹੀਂ ਅਸੀਂ ਪਰਾਂਠਾ ਖਾਣਾ ਹਾਂਜੀ ਠੀਕ ਹੈ ਖਾ ਲੈਂਦੇ ਪਰਾਂਠਾ ਆ ਗਿਆ ਚਨੇ ਹਜੇ ਸਾਨੂੰ ਪਕਾਉਣਾ ਆ ਟਾਈਮ ਬਹੁਤ ਜ਼ਿਆਦਾ ਵੈਸੇ ਵੀ ਹੋ ਜਾਣਾ ਹੈ ਮੈਂ ਗੱਲ ਕਰਾਂ ਨਾਸ਼ਤਾ ਐਲੋ ਜੀ ਨਾਸ਼ਤਾ ਹੋ ਗਿਆ ਤਿਆਰ ਆ ਸਮਾਨ ਲੈਂਦੇ ਰਜਾਈ ਲੱਗੀ ਦੀ ਕਰਕੇ ਤਾਂ ਹੋਰ ਹੋਰ ਕੰਮਾਂ 'ਚ ਫਿਰ ਲੱਗ ਪੈਂਦੀ ਹੈ ਬਾਕੀ ਕੰਮ ਉੱਥੇ ਰਹਿ ਜਾਂਦੇ ਨੇ ਸਾਲਾਂ ਪਹਿਲਾਂ ਤਿਆਰ ਆ ਸਾਲਾਂ ਪਹਿਲੇ ਆ ਜਾਮਨ ਨੂੰ ਪਾ ਕੇ ਦਿੱਤਾ ਆ ਅਤੇ ਜਾਮਨ ਨੇ ਨਾ ਕੁਛ ਮਿਰਚਾਂ ਕੱਟੀਆਂ ਮੇਰੇ ਨੂੰ ਨਾ ਹਰੀਆਂ ਮਿਰਚਾਂ ਕੱਟ ਕੇ ਦਿੱਤੀਆਂ ਅੱਛਾ ਉਹਦੇ ਹੱਥਾਂ ਨੂੰ ਬਹੁਤ ਚੁੱਭਦੀਆਂ ਪਈਆਂ ਉਹ ਤਾਂ ਉੱਚੀ ਉੱਚੀ ਰੋ ਰਿਹਾ ਕਿ ਮਿਰਚਾਂ ਬੜੀਆਂ ਮੇਰੇ ਹੱਥਾਂ ਚਨੇ ਮੈਂ ਥੋੜ੍ਹੇ ਚਾਟ ਵਾਸਤੇ ਰੱਖੇ ਰਹੇ ਕਿ ਮੈਂ ਚਾਟ ਬਣਾਵਾਂਗੀ ਅੱਛਾ ਉਹ ਮੈਂ ਚਾਟ ਨਹੀਂ ਬਣਾਈ ਤੇ ਫਿਰ ਮੈਂ ਹੁਣ ਥੋੜਾ ਜਿਹਾ ਸਾਲਨ ਬਣਾ ਲਿਆ ਰੋਟੀ ਖਾਣ ਵਾਸਤੇ ਠੀਕ ਹੋ ਗਿਆ ਚਲੋ ਸਾਲਨ ਨਹੀਂ ਕੋਈ ਵੀ ਸਾਦੀ ਨਮਕੀਨ ਚੌਲ ਬਣਾਏ ਸੀ ਚਨੇ ਵਾਲੇ ਤੇ ਉਹਦੇ ਚਨੇ ਤੋਂ ਬਚਾ ਲਿਆ ਹੋਣਗੇ ਵੀ ਚਾਟ ਬਣਾਵਾਂਗੇ ਤੇ ਚਾਟ ਨਹੀਂ ਬਣੀ ਥੋੜੇ ਕਿ ਬਚਾਏ ਕਿ ਮੈਂ ਚਾਟ ਬਣਾਵਾਂਗੀ ਵਿੱਚ ਕਾਲੇ ਚਨੇ ਵੀ ਠੀਕ ਹੈ ਲੋ ਜੀ ਅਲਹਮਦੁਲਿਲਾ ਅਲਹਮਦੁਲਿਲਾ ਨਾਸ਼ਤਾ ਕਰ ਲਿਆ ਸ਼ੁਕਰ ਅਲਹਮਦੁਲਿਲਾ ਤੇ ਹੋਰ
ਅਲਜ਼ਾਮਾਂ ਨਾਲ ਲੱਗੀ ਆ ਮਰਜ਼ ਹੱਥੇ ਮਰਚਾਂ ਤੇ ਹੁਣ ਉਹ ਵੈਸਲੀਨ ਵਗੈਰਾ ਲਾਈਏ ਤਾਂ ਹੁਣ ਕਿਤੇ ਸਕੂਨ ਹੋਇਆ। ਮਰਚ ਵੀ ਬਾਈ ਤੇਜ਼ ਆ, ਸਭੇ ਮਰਚ ਕੱਟੀ ਜਾਂਦੇ ਉਹ ਚੰਗੀ ਤੇਜ਼ ਲੱਗਦੀ ਹੈ ਮੈਨੂੰ। ਅਤੇ ਸਵੇਰੇ ਮੰਜੀ ਮੰਜੀ ਤੋਂ ਤੇਲ ਨਾਲ ਉਹਦੇ ਨਾਲ ਲੱਗ ਗਿਆ, ਘਸੀਟਾਂ ਘਸੂਟਾਂ ਲੱਗ ਗਈਆਂ ਕਿਤੇ ਹੱਥਾਂ ਨੂੰ। ਚਲੋ ਜੀ ਆ ਚੁੱਕੋ ਡੱਬਾ ਡੁੱਬਾ ਪੁਰਾਣਾ ਬਹਿਣ ਬਾਈ। ਉਹ ਇੱਥੇ ਨਾ ਗਲਾਲਾ ਪਿੰਡ ਹੈਗਾ, ਉੱਥੇ ਮੈਂ ਆਇਆ। ਕਿਸੇ ਨੇ ਸਾਨੂੰ ਦੱਸਿਆ ਹੈ ਕਿ ਉੱਥੇ ਹਕੀਮ ਹੈ, ਚੰਗਾ ਦੇਸੀ ਹਕੀਮ ਹੈ, ਚੰਗਾ ਅੱਛਾ ਹੈ। ਜਿੱਥੋਂ ਕਿਸੇ ਨੂੰ ਕੋਲ ਆਰਾਮ ਆਇਆ ਹੋਵੇ ਉਹ ਉਹਨੂੰ ਚੰਗਾ ਹੀ ਕਹਿੰਦਾ। ਅਤੇ ਉੱਥੇ ਅਸੀਂ ਆਏ ਹਾਂ ਆਸਮਾਨ ਵਾਸਤੇ ਨਾ ਦਵਾਈ ਲੈਣ ਵਾਸਤੇ। ਅਤੇ ਸ਼ਾਇਦ ਉਹਨਾਂ ਦੇ ਘਰ ਮੈਂ ਬਾਹਰ ਬਖਸ਼ੇ ਦਾ ਬੈਗ, ਅਤੇ ਉਹ ਘਰ ਦੇ ਵਿੱਚ ਹੀ ਉਹਨਾਂ ਨੇ ਹੁੰਦਾ ਸਿਸਟਮ ਸਾਰਾ ਹੀ ਨਾ। ਉਹਨੇ ਦੁਕਾਨ ਵੀ ਬਾਹਰ ਰੱਖੀ ਹੈ ਅਤੇ ਉਹ ਦੁਕਾਨ 'ਤੇ ਨਹੀਂ ਮਿਲਿਆ। ਫਿਰ ਘਰ ਚਲਾ ਗਿਆ, ਘਰ ਮੈਂ ਆਸਮਾਨ ਗਿਆ, ਤੁਸੀਂ ਘਰ ਚਲਾ ਜਾਓ। ਅਤੇ ਉਹਨਾਂ ਨੇ ਘਰ ਬੀਬੀਆਂ ਹੋਣੀਆਂ, ਬੀਬੀਆਂ ਤੋਂ ਮੈਂ ਕਿੱਥੇ ਜਾਣਾ, ਮੈਂ ਬਾਹਰ ਬਖਸ਼ੇ ਦਾ ਬੈਗ ਹਾਂ। ਇਹ ਪਿੰਡ ਦਾ ਸੀਨ ਵਗੈਰਾ, ਅਤੇ ਉਹ ਵੇਖੋ ਹੁਣ ਘਰ ਬੈਠੀਏ ਜਾ ਕੇ ਹਕੀਮ ਸਾਹਿਬ ਮਿਲਦੇ ਜਾਂ ਨਹੀਂ ਮਿਲਦੇ, ਔਰ ਪਤਾ ਨਹੀਂ ਟਾਈਮ ਲੱਗਦਾ ਪਿਆ। ਅਤੇ ਮੈਂ ਬਾਹਰ ਬੈਠਾ, ਚਲੋ ਮੈਂ ਫੋਨ ਕਰਕੇ ਪੁੱਛਣਾ ਮੈਂ। ਬਾਕੀ ਆਹ ਸੀਨ ਆ ਗਲੀ ਦਾ, ਆਹ ਪਿੰਡ ਦਾ, ਇੱਧਰ ਗਲੀ 'ਚ ਉਹਨਾਂ ਦਾ ਘਰ ਹੈ। ਬਸ ਜਿੱਥੇ ਕੋਈ ਸਾਨੂੰ ਦੱਸੇ ਉੱਥੇ ਜਾਂਦੇ ਹਾਂ, ਕੋਈ ਦੇਸੀ ਹੈ ਜਾਂ ਹੋਮਿਓਪੈਥਿਕ ਆ ਜਿੱਥੇ ਵੀ, ਕਹਿੰਦੇ ਦੇਸੀ ਇਹ ਚੰਗਾ ਹੈ, ਅਤੇ ਅਸੀਂ ਆ ਗਏ ਚਲੋ ਦੇਸੀ ਦਵਾਈਆਂ ਨੂੰ ਮੁਨਾਫਕ ਆ ਜਾਓ, ਇਹ ਠੀਕ ਹੈ। ਅਤੇ ਦੇਖੋ ਜੇ ਮਿਲਦੀ ਹੈ ਤਾਂ ਲਓ ਜੀ। ਹਕੀਮ ਸਾਹਿਬ ਨਹੀਂ ਮਿਲੇ ਜਾਂ ਨਾ ਦਵਾਈ ਵੀ ਨਹੀਂ ਮਿਲੀ, ਬਾਕੀ ਅਸੀਂ ਵਾਪਸੀ ਜਾ ਰਹੇ ਹਾਂ। ਔਰ ਇਹ ਸੀਨ ਵੇਖੋ ਪਿੰਡ ਦੇ, ਬੜੇ ਖੂਬਸੂਰਤ ਸੀਨ ਲੱਗਣ ਡਿਆ। ਮੈਂ ਚਲੋ ਰਿਕਾਰਡ ਕਰ ਲਈਏ ਭੈਣ ਭਾਈਆਂ ਲਈ, ਭੈਣ ਭਾਈਆਂ ਨੂੰ ਦੱਸੀਏ। ਅਤੇ ਇਹ ਮਾਹੌਲ ਹੈ ਪਿੰਡਾਂ ਦਾ, ਖੂਬਸੂਰਤ ਪਿੰਡ। ਉਧਰੋਂ ਬਾਰਿਸ਼ ਹੋਈ ਹੋਈ ਸੀ ਅਤੇ ਮੌਸਮ ਠੰਡਾ ਹੋ ਗਿਆ, ਹਵਾ ਠੰਡੀ ਚੱਲਦੀ ਪਈ ਮਾਸ਼ਾਅੱਲਾ। ਬੱਦਲ ਹਾਲੇ ਵੀ ਹੋਇਆ, ਹਾਲੇ ਵੀ ਕਦੇ ਕਦੇ ਸਾਡੇ ਪਿੱਛੇ ਬਾਰਿਸ਼ ਹੋਣ ਲਈ, ਅੱਗੇ ਫਿਰ ਨਹੀਂ ਹੁੰਦੀ, ਐਂ ਦੀ ਬਾਰਿਸ਼ ਹੋਣ ਲਈ
ਜਾਂਦੇ ਹੋਏ ਹਨ। ਔਰ ਇਹ ਸੀਨ ਇਹ ਬਾਗ ਹੈਗਾ ਅਮਰੂਦਾਂ ਦਾ, ਛੋਟੇ ਹਲੇ ਅਮਰੂਦ ਕੋਈ ਨਹੀਂ, ਛੋਟੇ ਪੌਦੇ ਨੇ, ਅਮਰੂਦ ਕੋਈ ਨਹੀਂ। ਜੀ ਵਲੌਗ ਇੱਥੇ ਕਰਨੇ ਆ ਮੁਕੰਮਲ, ਸਾਡਾ ਸਫ਼ਰ ਹਾਲੇ ਹੋਰ ਵੀ ਅੱਗੇ ਹੈਗਾ, ਬੋਲਦਾ ਦਰਖਤ ਦੇਖੋ ਤੇ ਅੱਲਾ ਹਾਫਿਜ਼।